ਫਿਰੋਜ਼ਪੁਰ ਵਿੱਚ ਤਕਰੀਬਨ ਪਿਛਲੇ 2 ਮਹੀਨਿਆਂ ਤੋਂ 7 ਨੌਜਵਾਨਾਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚੋਂ 1 ਨੌਜਵਾਨ ਦੇ ਵਾਪਸ ਆਉਣ ਤੋਂ ਇਲਾਵਾ 6 ਨੌਜਵਾਨਾਂ ਦਾ ਕੁਝ ਪਤਾ ਨਹੀਂ ਚੱਲ ਸਕਿਆ। ਪਰਿਵਾਰ ਵਾਲੇ ਉਹਨਾਂ ਨੂੰ ਲੱਭਣ ਲਈ ਦਰ ਦਰ ਭਟਕ ਰਹੇ ਨੇ, ਲੇਕਿਨ ਉਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਸਾਬਿਤ ਹੋ ਰਹੀਆਂ ਨੇ, ਜਿਸ ਦੇ ਸੰਬੰਧ ਵਿੱਚ ਆਪ ਦੇ ਮਾਲਵਾ ਇੰਚਾਰਜ ਅਤੇ ਲਾਪਤਾ ਲੜਕੇ ਦੇ ਪਿਤਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਪ੍ਰੈਸ ਕਾਨਫਰੰਸ ਦੌਰਾਨ ਲੜਕੇ ਦੇ ਪਿਤਾ ਵੱਲੋਂ ਆਪਣਾ ਦਰਦ ਬਿਆਨ ਕੀਤਾ ਗਿਆ। ਨਾਲ ਹੀ ਆਪ ਦੇ ਮਾਲਵਾ ਇੰਚਾਰਜ ਸੁਖਰਾਜ ਗੋਰਾ ਵੱਲੋਂ ਪੁਲਿਸ ਦਾ ਪੂਰਨ ਸਹਿਯੋਗ ਮੰਗਿਆ ਗਿਆ। 10 ਤਰੀਕ ਤੋਂ ਗਾਇਬ ਹੋਏ, 3 ਵੀਕ ਤੋਂ ਛੁੱਟੀ ਹੋਈ ਹੈ ਜੀ। ਉਹਦਾ ਨਹਿਰ ਤੋਂ ਸਾਈਕਲ ਤੇ ਬੈਗ ਮਿਲਿਆ ਜੀ, ਉਦੋਂ ਬਾਅਦ ਉਹਦਾ ਕੋਈ ਪਤਾ ਨਹੀਂ ਲੱਗਾ ਜੀ। ਕੀ ਤੁਸੀਂ ਪੁਲਿਸ ਕੋਲ ਗਏ ਕਾਰਵਾਈ ਲਈ ਕੀ ਬਣਿਆ? ਹਾਂਜੀ, ਕਾਰਵਾਈ ਵਾਸਤੇ ਗਏ ਸੀ ਜੀ, ਪਰ ਹੁਣ ਮਹੀਨੇ ਤੋਂ ਵੀ ਉੱਤੇ ਹੋ ਗਿਆ ਜੀ। ਬੱਚਾ 5 ਮਿੰਟ ਨਾ ਆਵੇ ਤਾਂ ਪਰੇਸ਼ਾਨੀ ਕਿੰਨੀ ਬਣ ਜਾਂਦੀ ਹੈ ਜੀ। ਅੱਜ ਮਹੀਨੇ ਤੋਂ ਵੀ ਉੱਤੇ ਦਿਨ ਹੋ ਗਏ ਜੀ, 5-7 ਦਿਨ। ਤੁਹਾਨੂੰ ਕਿਸੇ 'ਤੇ ਸ਼ੱਕ ਨਹੀਂ ਜੀ? ਸ਼ੱਕ ਤਾਂ ਉਹ ਜੀ, ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਜੀ। ਤੁਸੀਂ ਕੋਈ ਪ੍ਰਯਾਸ ਕੀਤੇ ਖੁਦ ਵੀ ਇਹਨੂੰ ਲੱਭਣ ਵਾਸਤੇ ਬੱਚੇ ਨੂੰ? ਹਾਂਜੀ, ਅਸੀਂ ਬਹੁਤ ਗੁਰਦੁਆਰਿਆਂ 'ਚ ਵੀ ਦੇਖਿਆ, ਹੋਰ ਉਹੋ ਜਿਹੇ ਥਾਵਾਂ 'ਤੇ ਬਹੁਤ ਦੇਖਿਆ। ਅਸੀਂ ਇਹ ਮੰਗ ਕਰਦੇ ਹਾਂ, ਜਿੱਦਾਂ ਪ੍ਰਦੂਮਨ ਦਾ ਹੋਇਆ ਸੀ ਕਾਂਡ ਅਤੇ ਸਰਕਾਰ ਦੀ ਸਾਰੀ ਹਿੰਦੁਸਤਾਨ ਦੀ ਮਸ਼ੀਨਰੀ ਉਹਦੇ ਮਗਰ ਲੱਗ ਗਈ ਸੀ, ਅਤੇ ਅਸੀਂ ਮਾਣਯੋਗ ਮੁੱਖ ਮੰਤਰੀ ਸਾਹਿਬ ਅਤੇ DGP ਪੰਜਾਬ ਤੋਂ ਮੰਗ ਕਰਦੇ ਹਾਂ ਬਈ, ਜੋ ਸਾਡੇ ਲਵਪ੍ਰੀਤ ਸਿੰਘ ਕਾਕਾ ਜਿਹੜੇ ਭੰਗਾਲੀ ਤੋਂ ਗਵਾਚੇ ਹੈ, ਜਾਂ ਭੁਪਿੰਦਰ ਸਿੰਘ ਹੈ, ਜਾਂ ਮੁੰਡਾ ਅੱਜ ਗਵਾਚਿਆ ਜਿਹੜਾ ਜਗਨਦੀਪ, ਉਹਨਾਂ ਲਈ ਸਾਰੀ ਮਸ਼ੀਨਰੀ ਲਾ ਕੇ ਉਹਨਾਂ ਦਾ ਪਤਾ ਕੀਤਾ ਜਾਵੇ, ਇੱਕ ਵਧੀਆ ਆਫਿਸਰ ਸਾਹਿਬਾਨ ਦੀ ਟੀਮ ਬਣਾਈ ਜਾਵੇ ਜਿਹਨੂੰ ਸੈੱਟ ਬਿਠਾਈ ਜਾਵੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮਹੀਨੇ ਦੇ ਅੰਦਰ ਅੰਦਰ ਇਹਦਾ ਜਿਹੜਾ ਸਾਨੂੰ ਕਲੀਅਰ ਕਰਕੇ ਦਿੱਤਾ ਜਾਵੇ, ਨਹੀਂ ਤਾਂ ਫਿਰ ਆਮ ਆਦਮੀ ਪਾਰਟੀ ਸੜਕਾਂ 'ਤੇ ਆਊਗੀ। ਉੱਧਰ ਜਦ ਇਸ ਸੰਬੰਧ 'ਚ SSP ਪ੍ਰੀਤਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਰੇ ਮਾਮਲੇ ਦੀ SIT ਦੀ ਟੀਮ ਦੁਆਰਾ ਜਾਂਚ ਦਾ ਭਰੋਸਾ ਦਿਵਾਇਆ। ਕੇਸਿਸ 1-2 ਮੇਰੇ ਨੋਟਿਸ ਆਏ ਨੇ, ਲੇਕਿਨ ਇਹਦੇ 'ਚ ਮੈਂ SPD ਸਾਹਿਬ ਦੀ ਨਿਗਰਾਨੀ ਦੇ ਵਿੱਚ ਇੱਕ ਸੈੱਟ ਬਣਾਈ ਹੈ, ਜਿਹਦੇ 'ਚ SPD ਸਾਹਿਬ, DSPD ਔਰ ਇੰਸਪੈਕਟਰ CIA ਇਹਨਾਂ ਕੇਸਿਸ ਨੂੰ ਦੇਖਣਗੇ, ਔਰ ਮੈਨੂੰ ਯਕੀਨ ਹੈ ਕਿ ਇਹ ਜਲਦੀ ਟ੍ਰੇਸ ਹੋ ਜਾਣਗੇ। ਸਰ, ਤੁਹਾਡੇ ਸਾਹਮਣੇ ਕਾਰਨ ਕੀ ਹੋ ਸਕਦੇ ਹੈ, ਜਿਵੇਂ ਨੌਜਵਾਨ ਬੱਚੇ ਜਿਹੜੇ ਆ +1 +2 10th? ਦੇਖੋ, ਜ਼ਿਆਦਾ ਤਾਂ ਮੈਂ ਇਹੀ ਕਹਿ ਸਕਦਾ ਹੈਗਾ, ਬਾਕੀ ਤਾਂ ਇਨਵੈਸਟੀਗੇਸ਼ਨ ਪਤਾ ਲੱਗੇਗਾ, ਲੇਕਿਨ ਜਿਸ ਤਰ੍ਹਾਂ ਅੱਜ ਕੱਲ੍ਹ ਜਿਹੜਾ ਯੂਥ ਹੈ ਉਹਦੇ 'ਚ ਫਰਸਟ੍ਰੇਸ਼ਨ ਕਾਫੀ ਹੈਗੀ ਹੈ, ਜਦੋਂ ਤੱਕ ਟ੍ਰੇਸ ਨਹੀਂ ਹੁੰਦੇ ਉਦੋਂ ਤੱਕ ਕੁਛ ਐਗਜੈਕਟਲੀ ਮੈਂ ਕਹਿ ਨਹੀਂ ਸਕਦਾ ਹੈਗਾ, ਲੇਕਿਨ ਅਨਸਰਟਨਿਟੀ ਇਹਨਾਂ ਦੀ ਲਾਈਫ ਦੇ ਵਿੱਚ, ਫਰਸਟ੍ਰੇਸ਼ਨ ਜਿਹੜੀ ਹੈਗੀ ਹੈ, ਸ਼ਾਇਦ ਇਹ ਕਾਰਨ ਹੋ ਸਕਦਾ ਹੈਗਾ। ਜ਼ਿਕਰਯੋਗ ਹੈ ਕਿ ਇਹੋ ਜਿਹਾ ਗੰਭੀਰ ਮਾਮਲਾ ਪੁਲਿਸ ਨੂੰ ਸਵਾਲਾਂ ਦੇ ਘੇਰੇ 'ਚ ਲੈ ਕੇ ਆਉਂਦਾ ਹੈ ਅਤੇ ਉਹਨਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਜ਼ਰੂਰ ਚੁੱਕਦਾ ਹੈ। ਫਿਰੋਜ਼ਪੁਰ ਤੋਂ ਰਤਨ ਲਾਲ ਦੀ ਰਿਪੋਰਟ।